ਵਾਰੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਬਟ ਇਹ ਜਿਹੜਾ ਵਿਵਾਦ ਸੀਗਾ ਜ਼ਿਆਦਾ ਕੀ ਕਹਿੰਦੇ ਆ ਕਿ ਜਿਹਨੂੰ ਕਹਿ ਦਿੰਦੇ ਆਪਾਂ ਕਿ ਹਾਈਲਾਈਟ ਨਹੀਂ, ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰੀ ਹੋਈ ਹੈ ਜਿਹ 'ਚ ਮੈਂ ਹਰਟ ਹੋਈ ਹੋਵਾਂ। ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇੱਦਾਂ ਦੀਆਂ, ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਦੇ ਹਾਂ, ਕੋਈ ਬੈਡ ਇਸ਼ਾਰੇ ਕਰ ਇੰਗਲਾਂ ਵਗੈਰਾ ਕਰ ਰਿਹਾ ਜੋ ਵੀ ਆ ਆਪਾਂ ਇਗਨੋਰ ਕਰ ਦਿੰਦੇ, ਆਪਾਂ ਦੂਜੇ ਪਾਸੇ ਲੱਗ ਜਾਂਦੇ ਆਪਣਾ ਧਿਆਨ ਹਟਾ ਕੇ, ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਦੀ ਪਰਫੋਰਮ ਵੱਲ ਧਿਆਨ ਦੇਣਾ ਆ, ਬਸ ਠੀਕ ਆ ਓਕੇ। ਅਤੇ ਇਸ ਬੰਦੇ ਨੇ ਕੀ ਕੀਤਾ, ਮੈਨੂੰ ਕਹਿੰਦਾ ਕਿ ਤੂੰ ਸਟੇਜ 'ਤੇ ਨੀਚੇ ਆ ਕੇ ਡਾਂਸ ਕਰ, ਠੀਕ ਆ। ਮੈਂ ਇਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ, ਮੈਂ ਇਕੱਲੀ ਖੜੀ ਸੀ ਅਤੇ ਮੈਨੂੰ ਕਹਿੰਦਾ ਨੀਚੇ ਆ ਕੇ ਡਾਂਸ ਕਰ, ਆਪਣੇ ਪੈਸੇ ਦੀ ਧੌਂਸ ਦਿਖਾ ਰਿਹਾ ਸੀ ਮੈਨੂੰ। ਅਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ ਨੀਚੇ ਆਉਣਾ, ਕਹਿੰਦਾ ਤੂੰ ਜਾਓ, ਮੈਨੂੰ ਕਹਿੰਦਾ ਤੂੰ ਸਟੇਜ ਤੋਂ ਨੀਚੇ ਜਾ। ਮੈਂ ਕਿਹਾ ਠੀਕ ਆ, ਮੈਂ ਕਿਹਾ ਮੈਂ ਚੱਲ ਜਾਂਦੀ ਹਾਂ। ਇੱਕ ਵਾਰੀ ਮੈਂ ਚੱਲ ਗਈ, ਫਿਰ ਦੂਸਰੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਆ ਡਾਂਸ ਨੂੰ, ਠੀਕ ਹੈ। ਮੈਂ ਗਈ ਉੱਥੇ ਖੜੀ ਖੜੀ ਹੋ ਗਈ, ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ। ਫਿਰ ਮੈਨੂੰ ਕਹਿੰਦੇ ਆ ਕਿ ਤੂੰ ਨਾ ਨੀਚੇ ਆ ਕੇ, ਤੈਨੂੰ ਕਿਹਾ ਸੀ, ਤੈਨੂੰ ਕਿਹਾ ਨੀਚੇ ਆ। ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ, ਨੀਚੇ ਨਹੀਂ ਜਾਣਾ ਮੈਂ, ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ। ਫਿਰ ਮੈਨੂੰ ਕਹਿੰਦੇ ਆ ਕਿ ਦੂਜਾ ਬੰਦਾ ਇੱਕ ਆ ਕੇ ਕਹਿੰਦਾ, ਮੈਂ ਉਹਨਾਂ ਨੂੰ ਬੋਲਿਆ, ਮੈਂ ਕਿਹਾ ਮੈਂ ਵੀ ਕੁੜੀ ਹਾਂ, ਮੈਂ ਵੀ ਇਨਸਾਨ ਹਾਂ, ਠੀਕ ਆ ਨਾ, ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜ੍ਹਾ ਤੁਸੀਂ ਮੈਨੂੰ ਇੱਦਾਂ ਦਾ, ਮੈਂ ਬੋਲਦੀ ਪਈ ਸੀ ਹੱਲੇ, ਅਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ, ਮਾਰਿਆ। ਗਲਾਸ ਦੇ ਵਿੱਚ ਡਰਿੰਕ ਸੀਗੀ, ਹਾਂਜੀ, ਦਾਰੂ ਸੀਗੀ ਉਹਦੇ ਵਿੱਚ, ਸ਼ਰਾਬ ਸੀਗੀ ਉਹਦੇ ਵਿੱਚ। ਅਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ, ਅਟੈਕ ਆਪਣੀ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲਈਆਂ ਮੇਰੀਆਂ, ਫਿਰ ਮੈਂ ਥੋੜ੍ਹਾ ਹਾਈਪਰ ਹੋ ਗਈ, ਤਾਂ ਫਿਰ ਮੈਂ ਗਾਲਾਂ ਗੁਲਾਂ ਜਿਹੜੀਆਂ ਕੱਢੀਆਂ ਵਾ ਜੀ, ਹਾਂ ਮੈਂ ਕੱਢੀਆਂ ਨੇ, ਕਿਉਂਕਿ ਇਨਸਾਨ ਹਾਂ ਮੈਂ, ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ, ਪਰ ਹੈਗੀ ਤਾਂ ਇਨਸਾਨ। ਹਾਂਜੀ ਜੀ ਬਿਲਕੁਲ, ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ, ਹਾਂਜੀ 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 ਬਿਲਕੁਲ। ਮੈਂ ਤਾਂ ਇਹ ਕਹਿੰਦੀ ਜੇ ਸ਼ਰਾਬ ਪੀਤੀ ਵੀ ਹੁੰਦੀ ਹੈ ਅਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ, ਮਾਵਾਂ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ, ਅਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨੂੰ ਹੀ ਕਿ ਉਹ ਇੱਦਾਂ ਦਾ ਰਿਐਕਟ ਕਰਦੇ ਨੇ। ਇਹ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ, ਕਿਉਂਕਿ ਹੁਣ ਕਾਰੋਬਾਰ ਤਾਂ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ। ਬਿਲਕੁਲ ਜੀ, ਹਾਂਜੀ ਬਿਲਕੁਲ। ਸਿਕਿਉਰਿਟੀ ਪਤਾ ਕੀ ਆ, 40% ਲੋਕ ਨੀ ਜਿਹੜੇ ਜਿਹੜੇ ਅੱਜ ਕੱਲ੍ਹ ਜਿਹੜੇ, ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ NRI ਹੁੰਦੀਆਂ, ਵਧੀਆ ਫੰਕਸ਼ਨ ਹੁੰਦੇ, ਮੈਂ ਫਰੈਂਡ ਡੀਜੇ ਨਕੋਦਰ ਦੇ ਨਾਲ ਕੰਮ ਕਰਦੀ ਰਹੀ ਹਾਂ। ਅਤੇ ਲਾਸਟ 'ਤੇ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ, ਜਦੋਂ ਆਹ ਪ੍ਰੋਬਲਮ ਹੋਈ ਆ, ਅਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਆ, ਸਾਡਾ ਨਾਂ ਨਹੀਂ ਹੈਗਾ ਵਿੱਚ, ਸਾਡੇ ਬੈਨਰ ਦਾ ਨਾਂ ਨਹੀਂ ਹੈਗਾ। ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ 'ਤੇ ਮੈਂ 3-4 ਸਾਲ ਕੰਮ ਕੀਤੇ ਆ। ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਿਟੀ ਕੋਈ ਨਹੀਂ ਹੈਗੀ ਸਾਡੀ, ਸਿਰਫ ਅਸੀਂ ਆਪਦੀ ਰਿਸਪੋਂਸਿਬਿਲਟੀ 'ਤੇ ਕੰਮ ਕਰਦੇ ਹਾਂ, ਅਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ। ਅਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ, ਜਿਹੜੇ ਲੋਕ ਕਹਿੰਦੇ ਨੇ ਇਹ ਕਾਹਦੀ ਮਜਬੂਰੀ ਹੋਈ ਜੀ, ਡਾਂਸ ਹੀ ਕਰਨਾ ਆ, ਚਲਿੱਤਰਤਾ ਹੀ ਕਰਨੀ ਆ, ਨਚਿੱਤਰਤਾ ਹੀ ਕਰਨੀ ਆ, ਤੁਸੀਂ ਹੋਰ ਕੋਈ ਕੰਮ ਕਰ ਲਓ, ਨਹੀਂ ਭਾਈ, ਮੈਂ ਤਾਂ ਡਾਂਸ ਕਰਨਾ, ਮੇਰੀ ਜੋਬ ਆ ਡਾਂਸ। ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ, ਤੁਹਾਡੇ ਨਾਲ ਖੜੇ ਹੋ? ਹਾਂਜੀ, ਤੁਹਾਡੇ ਗਰੁੱਪ ਨੇ ਸਟੈਂਡ ਲਿਆ? ਨਹੀਂ ਜੀ, ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ, ਤੂੰ ਚੁੱਪ ਕਰ ਜਾ। ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ? ਹਾਂਜੀ, ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰ ਦਿੱਤੀ ਸੀ ਕਿ ਤੂੰ ਜਾ ਇੱਥੋਂ। ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਹੈ, ਠੀਕ ਹੈ। ਹਾਂਜੀ, ਉਹ ਮੈਂ ਤੁਹਾਨੂੰ ਦੱਸਿਆ ਨਾ, ਉਹ ਪੈਸੇ ਦੀ ਧੌਂਸ ਦਿਖਾ ਰਹੇ ਸੀ, ਅਤੇ ਮੈਂ ਸਗੋਂ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ, ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋਅ ਲਾਵਾਂਗੀ। ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ। ਹਾਂਜੀ ਹਾਂਜੀ, ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ।